ਚੋਣਾਂ ਨੂੰ ਲੈ ਕੇ ਜਿੱਥੇ ਕਿ ਚੋਣ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ, ਉੱਥੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਜਲਸੇ ਨੂੰ ਸੰਬੋਧਨ ਕੀਤਾ ਜਾ ਰਿਹਾ। ਪਟਿਆਲਾ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਜਿੱਥੋਂ ਕੋਈ ਕਾਂਗਰਸ ਪਾਰਟੀ ਦੇ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਚੋਣ ਮੈਦਾਨ ਦੇ ਵਿੱਚ ਨੇ, ਜਿਨ੍ਹਾਂ ਵੱਲੋਂ ਅੱਜ ਨਾਭਾ ਹਲਕੇ ਦੇ ਵਿੱਚ 5 ਪ੍ਰੋਗਰਾਮ ਵੀ ਕੀਤੇ ਗਏ ਨੇ, ਚੋਣ ਜਲਸੇ ਨੂੰ ਸੰਬੋਧਨ ਕੀਤਾ ਗਿਆ, ਉਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ। ਕਿਸ ਤਰ੍ਹਾਂ ਦਾ ਰੁਝਾਨ ਲੱਗ ਰਿਹਾ ਮਹਾਰਾਣੀ ਸਾਹਿਬ? ਬਹੁਤ ਵਧੀਆ, ਬਹੁਤ ਵੱਡਾ ਹੰਗਾਰਾ, ਇਸ ਦੇ ਬਾਵਜੂਦ ਕਿ ਗਰਮੀ ਇੰਨੀ ਹੈ ਔਰ ਨਾਲੇ ਕਣਕਾਂ ਦਾ ਟਾਈਮ ਹੈਗਾ, ਫਿਰ ਵੀ ਲੋਕ ਬਾਹਰ ਨਿਕਲ ਕੇ, ਲੇਡੀਜ਼ ਬੜੀਆਂ ਆਉਂਦੀਆਂ ਨੇ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ। ਕਿਸ ਤਰ੍ਹਾਂ ਦਾ ਰਿਸਪੌਂਸ ਲੱਗ ਰਿਹਾ ਪਟਿਆਲਾ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ, ਜਿਸ ਤਰ੍ਹਾਂ ਆਪਾਂ 2014 ਨੂੰ ਦੇਖੀਏ, ਕਿਸ ਤਰ੍ਹਾਂ ਦਾ ਰਿਸਪੌਂਸ? ਬਹੁਤ ਜ਼ਿਆਦਾ ਰਿਸਪੌਂਸ ਆ ਰਿਹਾ, ਅੱਗੇ ਨਾਲੋਂ ਬਹੁਤ ਅੱਛਾ ਰਿਸਪੌਂਸ ਆ ਰਿਹਾ। ਮਹਾਰਾਜ ਸਾਹਿਬ ਵੀ ਪਟਿਆਲਾ ਜ਼ਿਲ੍ਹੇ 'ਚ ਕੋਈ ਰੈਲੀਆਂ ਕਰਨ ਜਾ ਰਹੇ ਜਾਂ ਕੋਈ ਦਿਗਜ ਆਗੂ ਦਿੱਲੀ ਤੋਂ ਆ ਰਹੇ? ਦੇਖੋ, ਪ੍ਰੋਗਰਾਮ PPCC ਬਣਾ ਰਹੀ ਹੈ, ਜੋ ਪ੍ਰੋਗਰਾਮ ਦੇਣਗੇ ਜ਼ਰੂਰ, ਉਹਦੇ ਮੁਤਾਬਕ ਫਿਰ ਅਸੀਂ ਦੱਸ ਦਾਂਗੇ। ਧਰਮਵੀਰ ਗਾਂਧੀ ਵੱਲੋਂ ਵੱਡਾ ਕਿਹਾ ਜਾ ਰਿਹਾ, ਮੈਂ ਬੜੇ ਪ੍ਰੋਜੈਕਟ ਲਿਆਂਦੇ, ਬੜਾ ਉਹ ਕੀਤਾ, ਮਹਾਰਾਣੀ ਨੇ 10 ਸਾਲਾਂ 'ਚ ਕੁਛ ਨਹੀਂ ਲੈ ਕੇ ਆਉਂਦਾ। ਧਰਮਵੀਰ ਗਾਂਧੀ ਨੂੰ ਮੈਂ ਕਹਿਣਾ ਚਾਹੁੰਦੀ ਹਾਂ, ਪੁੱਛਣਾ ਚਾਹੁੰਦੀ ਹਾਂ, ਪ੍ਰੋਜੈਕਟ ਕਿਹੜਾ ਲੈ ਕੇ ਆਇਆ? ਉਹ ਕਹਿ ਰਿਹਾ ਕਿ ਮੈਨੇ MP LAD ਖਰਚ ਕੀਤਾ। MP LAD ਤਾਂ ਸਾਰੇ ਕਰਦੇ ਨੇ, ਸਾਡਾ ਫਰਜ਼ ਹੈ। ਮੈਨੂੰ ਗਿਣਿਆ ਗਿਆ ਸੀ ਇੰਡੀਆ ਦੇ ਟੋਪ 10 MPs ਦੇ ਵਿੱਚੋਂ MP LAD ਖਰਚਣ 'ਤੇ। ਜਿਹੜਾ ਉਹ ਕਹਿ ਰਿਹਾ ਮੈਂ ਰੇਲਵੇ ਲਾਈਨ ਲੈ ਕੇ ਆ ਰਹੀ ਹਾਂ, ਰੇਲਵੇ ਲਾਈਨ ਤਾਂ ਸਾਡੀ ਗਵਰਨਮੈਂਟ ਦੇ ਟਾਈਮ ਤੋਂ ਸ਼ੁਰੂਆਤ ਹੋਇਆ ਸੀ ਕੰਮ, ਗਵਰਨਮੈਂਟਸ ਲੈ ਕੇ ਆਉਂਦੀਆਂ ਨੇ, ਇਹ ਇੰਡੀਪੈਂਡੈਂਟ ਉੱਥੇ ਹੈਗਾ, ਚਿੱਠੀ ਜ਼ਰੂਰ ਸ਼ਾਇਦ ਇਹਨੇ ਲਿਖੀ ਹੋਈ, ਮੈਨੂੰ ਨਹੀਂ ਪਤਾ, ਪਰ ਉਸ ਚਿੱਠੀ ਦੇ ਕਿਸੇ 'ਤੇ ਨਹੀਂ ਰੇਲਵੇ ਲਾਈਨ ਹੁੰਦੀ। ਕੀ ਤੁਸੀਂ ਆਪਣੀ ਜਿੱਤ ਯਕੀਨੀ ਮੰਨਦੇ? ਜਿਸ ਤਰ੍ਹਾਂ 14 ਦੇ ਵਿੱਚ ਆਮ ਪਾਰਟੀ ਦਾ ਬੜਾ ਰੁਝਾਨ ਸੀ, ਫਿਰ ਵੀ ਤੁਸੀਂ 20-22 ਹਜ਼ਾਰ ਵੋਟ 'ਤੇ ਆ ਰਹੇ ਤੇ, ਪਰ ਇਸ ਵਾਰ ਨਹੀਂ ਇਹੋ ਜਿਹਾ ਲੱਗ ਰਿਹਾ? ਉਹ ਇੱਕ ਸੋਚ ਆਈ ਸੀ, ਜਿਸ ਸੋਚ ਨੇ ਬਹੁਤ ਵੱਡੀ ਪਕੜ ਕਰ ਲਈ ਲੋਕਾਂ ਦੇ ਇਮੈਜੀਨੇਸ਼ਨ ਨੂੰ, ਔਰ ਲੋਕਾਂ ਨੇ ਉਸ ਸੋਚ ਨੂੰ ਵੋਟ ਪਾਈ। ਹੁਣ ਉਹ ਸੋਚ ਹੈ ਨਹੀਂ, ਉਹ ਸੋਚ ਖੇਰੂ ਹੋ ਗਈ ਹੈ, ਇਹਨਾਂ ਤੋਂ ਉਸ ਸੋਚ ਦੇ ਉੱਤੇ ਕੰਮ ਨਹੀਂ ਹੋਇਆ। ਸੁਰਜੀਤ ਸਿੰਘ ਰੱਖੜਾ, ਸੁਖਬੀਰ ਸਿੰਘ ਬਾਦਲ ਆਏ ਤੇ ਉਹਨਾਂ ਨੇ ਇਹ ਕਹਿ ਕੇ ਗਏ ਤੇ ਮਹਾਰਾਣੀ ਸਾਹਿਬ 3 ਨੰਬਰ 'ਤੇ ਨੇ, ਗਾਂਧੀ ਪਹਿਲੇ 2 ਨੰਬਰ 'ਤੇ ਆ? ਮੇਰੇ ਖਿਆਲ 'ਚ ਇਹ, ਕਿਉਂਕਿ ਇਹ 3 ਨੰਬਰ 'ਚ ਆਏ ਸੀ ਨਾ 2017 'ਚ ਅਕਾਲੀ, ਔਰ 3 ਨੰਬਰ 'ਚ ਸੀ, ਇਹਨਾਂ ਨੂੰ ਉਹ ਫਿਗਰ ਹੀ ਦਿਖਦਾ, ਹੋਰ ਇਹਨਾਂ ਦੀ ਸੋਚ ਅੱਗੇ ਵੱਧ ਹੀ ਨਹੀਂ ਸਕਦੀ।